ਦਰਸ਼ਕੋ ਸਵਾਗਤ ਹੈ ਜੀ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਭ ਦਾ। ਇਹ ਹੈ ਜੀ ਮਕਬਰਾ ਸਗੇਰਦ ਦਾ। ਦਰਸ਼ਕੋ ਤੁਸੀਂ ਨਾ ਮੇਰੇ ਪਿਛਲੇ ਵੀਡੀਓ ਦੇ ਵਿੱਚ ਦੇਖਿਆ, ਉਹਦੇ ਵਿੱਚ ਮੈਂ ਨਾ ਇੱਕ ਸਾਈਦ ਖਾਨ ਦਾ ਮਕਬਰਾ ਸੀਗਾ, ਉਸਤਾਦ ਸਾਈਦ ਖਾਨ ਦਾ ਮਕਬਰਾ ਵੀਡੀਓ ਸ਼ੂਟ ਕੀਤੀ ਸੀ, ਅਤੇ ਉਹ ਤੁਸੀਂ ਸਾਰਿਆਂ ਨੇ ਦੇਖੀ। ਇਹ ਉਹਨਾਂ ਦੇ ਚੇਲੇ ਦਾ ਮਕਬਰਾ, ਉੱਪਰ ਤੁਸੀਂ ਪੇਂਟ ਦੇਖ ਸਕਦੇ ਹੋ। ਉਹ ਸਾਹਮਣੇ ਇਹਨਾਂ ਦਾ ਉਸਤਾਦ ਦਾ ਮਕਬਰਾ ਬਣਿਆ ਹੋਇਆ, ਉਹ ਤੁਸੀਂ ਦੇਖ ਸਕਦੇ ਹੋ। ਉਹ ਸਾਹਮਣੇ ਉਸਤਾਦ ਦਾ ਮਕਬਰਾ, ਸੋ ਇਹ ਹੈਗਾ ਚੇਲੇ ਦਾ ਮਕਬਰਾ। ਜਿਹੜਾ ਉਸਤਾਦ ਸਾਈਦ ਖਾਨ ਸੀ ਨਾ, ਉਹਦਾ ਇਹ ਚੇਲਾ ਹੈ, ਅਤੇ ਇੱਥੇ ਇਹਨੂੰ ਆਮ ਹੀ ਗੁਰੂ ਚੇਲੇ ਦਾ ਮਕਬਰਾ ਕਿਹਾ ਜਾਂਦਾ ਹੈ। ਇਹ ਦੋਨੇ ਕੋਲੋਂ ਕੋਲ ਹੀ ਹੈ ਮਕਬਰੇ। ਕਹਿੰਦੇ ਆ ਨਾ ਚੇਲੇ ਨੇ ਆਪਣੇ ਗੁਰੂ ਦੇ ਨਾਲ ਕੰਪੀਟੀਸ਼ਨ ਕੀਤਾ ਆਪਣਾ ਮਕਬਰਾ ਜ਼ਿਆਦਾ ਵਧੀਆ ਬਣਾਉਣ ਵਾਸਤੇ, ਅਤੇ ਤੁਸੀਂ ਦੇਖ ਸਕਦੇ ਹੋ ਉੱਪਰ ਨਾ ਇਹਦੇ ਇਹ ਮਕਬਰਾ ਉਸ ਮਕਬਰੇ ਨਾਲੋਂ ਜ਼ਿਆਦਾ ਵਧੀਆ ਵੀ ਬਣਿਆ ਹੋਇਆ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਇਹਨੂੰ ਪੇਂਟ ਵਧੀਆ ਕੀਤਾ ਹੋਇਆ, ਇਹਦੇ 'ਚ ਪੇਂਟ ਦਾ ਕੰਮ ਹੋਇਆ ਹੋਇਆ, ਪਲਸਤਰ ਕਰਕੇ POP ਬਕਾਇਦਾ ਕੀਤੀ ਹੋਈ ਹੈ। ਅੱਜ ਤੋਂ 600 ਸਾਲ ਪਹਿਲਾਂ 700 ਸਾਲ ਪਹਿਲਾਂ ਦੀਆਂ ਗੱਲਾਂ, ਅਤੇ ਉਹਨਾਂ ਟਾਈਮਾਂ ਦਾ ਇਹਦੇ 'ਤੇ ਰੰਗ ਵੀ ਹੈ, ਹਰਾ ਅਤੇ ਲਾਲ ਰੰਗ ਨਾਲ ਉੱਪਰ ਡਿਜ਼ਾਇਨ ਪਾਇਆ ਹੋਇਆ ਕੰਧਾਂ ਦੇ ਉੱਪਰ, ਤੁਸੀਂ ਦੇਖ ਸਕਦੇ ਹੋ। ਅਤੇ ਵਾਕਈ ਹੈ ਫਿਰ ਚੇਲੇ ਨੇ ਆਪਣਾ ਮਕਬਰਾ ਆਪਣੇ ਗੁਰੂ ਨਾਲੋਂ ਜ਼ਿਆਦਾ ਵਧੀਆ ਬਣਾਇਆ, ਇਹਦੇ 'ਚ ਕੋਈ ਸ਼ੱਕ ਵੀ ਨਹੀਂ। ਇਹ ਮਕਬਰੇ ਦਾ ਫਰੰਟ ਦਰਵਾਜ਼ਾ ਗੇਟ ਕਹਿ ਸਕਦੇ ਇਹਨੂੰ ਆਪਾਂ, ਇਹ ਗੇਟ ਦਾ ਉੱਪਰਲਾ ਹਿੱਸਾ। ਇਹ ਸਾਰਾ ਮਕਬਰਾ ਛੋਟੀਆਂ ਇੱਟਾਂ ਦਾ ਬਣਿਆ ਹੋਇਆ, ਅਤੇ ਥੱਲੇ ਵਾਲੇ ਪਾਸੋਂ ਨਾ ਇਹ ਡਿੱਗਦਾ ਜਾ ਚੁੱਕਿਆ, ਇੱਥੋਂ ਇੱਟਾਂ ਨਿਕਲ ਚੁੱਕੀਆਂ ਇਹਦੀਆਂ, ਹੁਣ ਇਹਦੀ ਹਾਲਤ ਖਸਤਾ ਹੀ ਹੈ ਵੈਸੇ ਤਾਂ। ਇਹ ਦੂਸਰਾ ਦਰਵਾਜ਼ਾ ਸੇਮ ਟੂ ਸੇਮ ਉਸੇ ਹਾਲਤ 'ਚ ਹੈ ਅੱਜ ਤੋਂ 600 ਸਾਲ ਪਹਿਲਾਂ। ਉੱਪਰ ਰੰਗ ਦਾ ਪੇਂਟ ਰੰਗ ਹੋਇਆ ਹੋਇਆ, ਉੱਪਰ ਇਹਦੇ ਉੱਤੇ ਵੀ ਰੰਗ ਹੋਇਆ ਹੋਇਆ। ਸਾਹਮਣੇ ਤੁਸੀਂ ਦੇਖ ਸਕਦੇ ਹੋ ਦੋ ਕਵਰਾਂ ਇਹਦੇ ਅੰਦਰ, ਉਸਤਾਦ ਅਤੇ ਚੇਲੇ ਦੀਆਂ। ਇਹ ਗੇਟ ਬੰਦ ਆ, ਉੱਪਰ ਚੱਲ ਕੇ ਦੇਖਦੇ ਹਾਂ ਕੀ ਕੁਛ ਇਹਦੇ ਅੰਦਰ। ਇਹ ਪੌੜੀਆਂ ਆਮ ਨਾਲੋਂ ਜ਼ਿਆਦਾ ਇੱਥੋਂ ਲੰਘਣ ਦਾ ਰਸਤਾ ਵਧੀਆ ਲੱਗਿਆ ਉਹਨੇ, ਪੌੜੀਆਂ ਖੁੱਲ੍ਹੀਆਂ ਬਹੁਤ ਹੈ, ਇਹਦੇ 'ਚ ਸੌਖਾ ਲੰਘਿਆ ਜਾਂਦਾ ਅੱਗੇ ਉੱਪਰ। ਜਿਹੜਾ ਪਿਛਲਾ ਸੀ ਨਾ ਉਹਦੀਆਂ ਪੌੜੀਆਂ ਬਹੁਤ ਭੀੜੀਆਂ ਸੀਗੀਆਂ, ਰਸਤਾ ਬਹੁਤ ਘੱਟ ਸੀ ਉੱਥੇ। ਇਹਦੇ ਹੋਰ ਉੱਪਰ ਜਾ ਸਕਦੇ ਆਪਾਂ, ਇਹ ਫਸਟ ਸੀ, ਹੁਣ ਆਪਾਂ ਉੱਪਰ ਹੋਰ ਚੱਲਦੇ ਹਾਂ ਅਤੇ ਜਮ੍ਹਾਂ ਬਾਹਰ ਉੱਪਰ ਮਕਬਰੇ ਦੇ। ਲਓ ਜੀ ਆਪਾਂ ਮਕਬਰੇ ਦੇ ਜਮ੍ਹਾਂ ਟੋਪ 'ਤੇ ਆ ਗਏ ਹਾਂ। ਉੱਪਰੋਂ ਇਸ ਤਰ੍ਹਾਂ ਦਾ ਬਣਿਆ ਹੋਇਆ, ਤੁਸੀਂ ਦੇਖ ਸਕਦੇ ਹੋ ਕਿਤੇ ਪਲਸਤਰ ਹੈਗਾ ਕਿਤੇ ਉੱਤਰ ਚੁੱਕਿਆ, ਥੋੜ੍ਹਾ ਬਹੁਤਾ ਕੰਮ ਵੀ ਹੋਇਆ ਹੋਇਆ ਇਹਦੇ ਉੱਪਰ। ਇਹ ਸਾਹਮਣੇ ਤੋਂ ਬਾਹਰ ਦਾ ਨਜ਼ਾਰਾ ਉੱਪਰੋਂ ਹੈ, ਉੱਪਰ ਤੁਸੀਂ ਦੇਖ ਸਕਦੇ ਹੋ ਮੋਰੇ ਜੇ, ਮੈਨੂੰ ਲੱਗਦਾ ਇਹਨਾਂ ਢੋਲੇ ਵਾਲੇ ਮੋਰੇ ਆ, ਇਹ ਉਸੇ ਤਰ੍ਹਾਂ ਹੀ ਪਏ ਆ ਹਾਲੇ ਤੀਕਰ। ਇਹਨਾਂ ਦਾ ਮਤਲਬ ਇਹੀ ਹੈ, ਸਾਰੇ ਮਕਬਰੇ 'ਚ ਅੰਦਰ ਵੀ ਹੈ ਬਾਹਰ ਵੀ ਹੈ। ਉਸਤਾਦ ਸੀ ਨਾ, ਉਸਤਾਦ ਦਾ ਮਕਬਰਾ ਉਹ ਦੇਖਦਾ ਸਾਹਮਣੇ, ਦੱਸਦਾ ਹਰ ਵੀਡੀਓ 'ਚ। ਹਾਂਜੀ ਸਾਹਮਣੇ ਉਸਤਾਦ ਸਾਈਦ ਖਾਨ ਦਾ ਮਕਬਰਾ ਇਹ ਹੈ, ਉਹਨਾਂ ਦੇ ਚੇਲੇ ਦਾ ਸਗਿਰਦ ਦਾ ਮਕਬਰਾ, ਇਹਨੂੰ ਸਗਿਰਦ ਦਾ ਮਕਬਰਾ ਕਹਿੰਦੇ ਆ। ਇੱਥੋਂ ਦੇ ਜਿਹੜੇ ਸਥਾਨਕ ਲੋਕ ਆ ਉਹ ਗੁਰੂ ਚੇਲੇ ਦਾ ਮਕਬਰਾ ਵੀ ਕਹਿੰਦੇ।